नमस्कार, स्पेशल न्यूज पंजाब विच तुहाडा सब दा स्वागत है। इस वेले दी वड्डी खबर कपूरथला दे पिंड संगोजला तो आ रही है, जदों इत्थे दे इक पेट्रोल पंप करिंदे तो 2,20,000 रुपए दी खो अनपछातिया व्यक्तियां वल्लों कीती जांदी है। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਪੈਟਰੋਲ ਪੰਪ ਦਾ ਸਾਗਰ ਨਾਮੀ ਕਰਿੰਦਾ ਉਕਤ ਰਾਸੀ ਨੇੜਲੇ ਪਿੰਡ ਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਜਦੋਂ ਪਿੰਡ ਸੰਗੋਜਲਾ ਤੇ ਜਾਤੀ ਕੇ ਦਰਮਿਆਨ ਪਹੁੰਚਿਆ ਤਾਂ ਪਿੱਛੇ ਤੋਂ ਆਏ 2 ਐਕਟਿਵਾ ਸਵਾਰ ਅਨਪਛਾਤਿਆਂ ਵੱਲੋਂ ਤੇਜ਼ ਧਾਰ ਹਥਿਆਰ ਦੀ ਨੋਕ ਤੇ 2,20,000 ਰੁਪਏ ਦੀ ਖੋਹ ਕਰ ਲਈ ਜਾਂਦੀ ਹੈ। ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ, ਸਪੈਸ਼ਲ ਨਿਊਜ਼ ਪੰਜਾਬੀ। हाँ जी सर, की नाम तुहाडा? सर मेरा नाम सागर जी। कित्थे तुसी काम कर करदे हो? संगोईले कदारी पेट्रोल पंप। अज की घटना वापरी तुहाडे नाल? अज घटना है जी, मैं बैंक नूं कैश लैके जाण दा हैगा ते पिछे मेरे पिछा करदे हो बंदे, यानी कि उन्होंने मेरे स्कूटर फड़ के सट लिया जी ते पुठे दात मारे मेरे, ते उन्हां कोल रिवॉल्वर भी आया, एक दात सीगा उन्हां कोल ते मूँह बधे सीगे, ते मेरे नगदी 2,20,000 रुपया कैश जिहड़ा उह लै के भज गया। तुसीं उह कैश कित्थे लै के जा रहे सी? कैश मैं पंडाल बिट बैंक जा रहा है जी। ਉਹਨਾਂ ਦਾ ਕੋਈ ਨੰਬਰ ਵਗੈਰਾ ਤੁਸੀਂ ਨੋਟ ਕੀਤਾ? ਨੰਬਰ ਸਰ ਇਦਾਂ ਹੈ, ਯਾਨੀ ਕਿ ਮੈਂ ਭੱਜੀ ਭੱਜੀ ਦਾ ਪੜਿਆ ਵਾ, 3,09,93 ਮੇਰੇ ਕੋਲ ਪੜਿਆ ਗਿਆ। ਕਿਹੜਾ ਵਹੀਕਲ ਸੀਗਾ ਉਹਨਾਂ ਦਾ? ਇਹਨਾਂ ਕੋਲ ਸਕੂਟਰੀ ਸੀ, ਚਿੱਟੇ ਰੰਗ ਦੀ। ਅੱਛਾ, ਮਤਲਬ ਜੇ ਤੁਹਾਡੇ ਸਾਹਮਣੇ ਉਹ ਵਿਅਕਤੀ ਪੇਸ਼ ਕੀਤੇ ਜਾਣ, ਤੁਸੀਂ ਪਛਾਣ ਸਕਦੇ ਹੋ? ਸਰ ਮੂੰਹ ਬੱਧੇ ਸੀਗਾ ਉਹਨਾਂ ਦਾ। ਅੱਛਾ, ਠੀਕ ਹੈ। ਫਿਰ ਤੁਸੀਂ ਪਰਸ ਨੂੰ ਸੂਚਨਾ ਦਿੱਤੀ? ਹਾਂਜੀ ਦਿੱਤੀ ਜੀ। ਮੌਕੇ 'ਤੇ ਪਹੁੰਚ ਗਈ ਪੁਲਿਸ? ਹਾਂਜੀ ਪਹੁੰਚ ਗਈ। ਅੱਛਾ। ਹਾਂਜੀ ਸਰ, ਤੁਸੀਂ ਇਸ ਜਗ੍ਹਾ 'ਤੇ ਆਏ ਹਾਂ, ਕੀ ਸੂਚਨਾ ਮਿਲੀ ਤੁਹਾਨੂੰ? ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਦਾਂ ਸੁਰਿੰਦਰਾ ਇੱਥੇ ਆਇਲ ਸਟੋਰ ਹੈਗਾ ਸੰਗੋਜਲੇ, ਉਹਨਾਂ ਦਾ ਜਿਹੜਾ ਸੇਲਮੈਨ ਸੀਗਾ ਉਹ 2,20,000 ਰੁਪਇਆ ਲੈ ਕੇ ਜਾ ਰਿਹਾ ਸੀਗਾ ਬੈਂਕ ਜਮ੍ਹਾਂ ਕਰਵਾਉਣ ਵਾਸਤੇ, ਜਿਹੜੀ ਉਹਦੀ ਸੇਲ ਹੋਈ ਸੀ ਇਕੱਠੀ, ਕਿਉਂਕਿ ਸੰਡੇ ਦਾ ਦਿਨ ਵੀ ਸੀਗਾ ਵਿੱਚ, ਇਸ ਕਰਕੇ ਸੇਲ ਜ਼ਿਆਦਾ ਸੀਗੀ, 2,20,000 ਰੁਪਇਆ ਉਹ ਲੈ ਕੇ ਜਾ ਰਿਹਾ ਸੀਗਾ। ਅਤੇ ਜਦੋਂ ਇਹ ਪੜਾੜਾ ਥੋੜ੍ਹਾ ਪਿੱਛੇ ਸੀਗਾ ਅਤੇ ਪਿੱਛੋਂ 2 ਜਣੇ ਸਕੂਟਰ 'ਤੇ ਆਏ ਜਿਹੜੇ ਐਕਟਿਵਾ 'ਤੇ ਸੀਗੇ, ਅਤੇ ਉਹਨਾਂ ਨੇ ਆ ਕੇ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਨਹੀਂ ਰੁਕਿਆ ਉਹਨਾਂ ਨੇ ਇਹਦੇ ਲੱਤ ਮਾਰ ਕੇ ਸਕੂਟਰ ਨੂੰ ਥੱਲੇ ਸੁੱਟਤਾ, ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਦੱਤ ਦਿਖਾ ਕੇ, ਤਾਂ ਕੋਈ ਜਿੱਦਾਂ ਇਹ ਦੱਸ ਰਿਹਾ ਵੀ ਪਿਸਟਲ ਵਰਗੀ ਚੀਜ਼ ਸੀ, ਕਲੀਅਰ ਨਹੀਂ ਹੈ ਇਹਨੂੰ ਅਜੇ, ਅਤੇ ਪਿਸਟਲ ਵਰਗੀ ਚੀਜ਼ ਦਿਖਾ ਕੇ ਅਤੇ ਇਹਨੇ ਜਿਹੜਾ ਇਹਨਾਂ ਕੋਲ 2,20,000 ਰੁਪਇਆ ਖੋਹ ਕੇ ਲੈ ਗਿਆ। ਅਤੇ ਪੁਲਿਸ ਵਾਸਤੇ ਕੋਈ ਸੁਰਾਗ ਲੱਗਾਂਗੇ? ਹਾਂਜੀ ਹਾਂਜੀ, ਕੋਈ ਨਹੀਂ, ਅਸੀਂ ਟਰੇਸ ਕਰ ਲਵਾਂਗੇ। ਜੀ 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 ਸਰ ਜੀ ਜੀ।